ਧਰਮ ਹੈ ਕੁਛ ਕੇ ਮਾਰ ਲਿਆ ਤੈਨੂੰ ਬਹੁਤ ਸ਼ੌਕ ਹੈ ਨਾ। ਆਗੇ ਸਾਡੇ ਵੀਰ ਯੋਧੇ ਆਪਣੇ ਆਪਣੇ ਡੰਡਿਆਂ ਉੱਤੇ ਲੀਰਾ ਲਮਕਾ ਕੇ ਸਾਡੇ ਪੰਜਾਬ ਦੇ ਵੀਰ ਯੋਧੇ ਆ ਗਏ, ਜਿਨ੍ਹਾਂ ਦੀ ਹਿੰਮਤ ਨਹੀਂ ਹੈ ਪੰਜਾਬ ਦੇ ਵਿੱਚ ਜਾ ਕੇ ਏਦਾਂ ਮੋਦੀ ਦਾ ਪੁਤਲਾ ਬਣਾਉਣ, ਉਹਨੂੰ ਇਹ ਕੁਛ ਕਰਨ। ਨਹੀਂ, ਏਡੇ ਵੱਡੇ ਸੂਰਮੇ ਨੇ, ਏਡੇ ਵੱਡੇ ਯੋਧੇ ਨੇ, ਕਨੇਡਾ ਅਮੈਰੀਕਾ ਦੀ ਧਰਤੀ 'ਤੇ ਬੈਠ ਕੇ ਇਹ ਵੱਡੀਆਂ ਵੱਡੇ ਇਸ਼ਕ ਚੱਲੀ ਦੇ ਖੁਆਬ ਬਣਾਉਂਦੇ ਹੈ। ਸਵੇਰੇ ਉੱਠਦੇ ਉਹ ਖੁਆਬ ਟੁੱਟ ਜਾਂਦਾ, ਰਾਤ ਨੂੰ ਇਹ ਖਾਲਿਸਤਾਨ ਬਣਾ ਕੇ ਸੌਂਦੇ ਹੈ, ਅਤੇ ਜਦੋਂ ਸਵੇਰੇ ਉੱਠਦੇ ਵਿਚਾਰੇ ਕਹਿੰਦੇ ਹੈ ਅਸੀਂ ਤਾਂ ਨੀਹਾਂ ਵੀ ਪਾਈਆਂ ਸੀ, ਪਤਾ ਤਾਂ ਸਾਡੀ ਇੱਟਾਂ ਹੀ ਕੋਈ ਚੱਕ ਕੇ ਲੈ ਗਿਆ। ਸੋ ਇਹ ਮੋਦਰੀ ਵਾਲਾ ਡਾਇਲੋਗ ਰਿਪੀਟ ਕਰ ਰਿਹਾ ਕਿ ਘਰ ਮੈਂ ਘੁਸ ਕੇ ਮਾਰੇਗੇ। ਤੁਸੀਂ ਮੋਦੀ ਨੂੰ ਛੱਡੋ, ਤੁਸੀਂ ਮੋਦੀ ਦੇ ਆਸੇ ਪਾਸੇ ਚਮਕੇ ਨਾ, ਉਹਨੂੰ ਵੀ ਘੁਸ ਕੇ ਨਹੀਂ ਮਾਰਨ ਜੋਗੇ। ਕਿਉਂਕਿ ਜੇ ਤੁਸੀਂ ਇੰਨੇ ਦਲੇਰ ਹੁੰਦੇ ਨਾ, ਤੁਸੀਂ ਇੰਡੀਆ ਜਾ ਕੇ ਆਪਣੇ ਹੱਕ ਦੀ ਗੱਲ ਕਰਦੇ। ਏਦਾਂ ਲੋਕਾਂ ਨੂੰ ਤੰਗ ਕਰਨਾ, ਪਰੇਸ਼ਾਨ ਕਰਨਾ, ਇੰਨਾ ਵਾਇਲੈਂਸ ਕਰਨਾ, ਇਹ ਨਾ ਕਰਦੇ। ਤੁਹਾਡੇ ਵਿੱਚ ਗੁੱਸਾ ਇੰਨਾ ਭਰਿਆ ਕਿ ਹੁਣ ਤੁਹਾਡੀ ਚੱਲਦੀ ਤਾਂ ਹੈ ਨਹੀਂ। ਹਾਂਜੀ, ਰੁਕਾਵਟ ਕੇ ਲਈ ਖੇਤ ਹੈ, ਥੋੜ੍ਹਾ ਸਾ ਹਮ ਆਪਣਾ ਡੋਸਾ ਆਰਡਰ ਕਰ ਰਹੇ ਤੇ ਬਿਜ਼ੀ ਹੋ ਗਏ। ਅਬ ਸੁਣੀਏ, ਮੋਦੀ ਕੋ ਕਿਆ ਜ਼ਰੂਰਤ ਹੈ ਤੁਮ ਲੋਗੋਂ ਕੋ ਘਰ ਮੇਂ ਘੁਸ ਕੇ ਮਾਰਨੇ ਕੀ, ਕਿਉਂਕਿ ਤੁਮ ਲੋਗ ਤੋ ਇੰਡੀਆ ਵੀ ਨਹੀਂ ਹੋ ਭਾਈ, ਤੁਸੀਂ ਤਾਂ ਸਾਰੇ ਇੱਥੇ ਬਾਹਰ ਬੈਠੇ ਹੋਏ ਹੋ, ਅਤੇ ਉਹਨੇ ਤੁਹਾਨੂੰ ਮਾਰਿਆ ਹੀ ਹੈ, ਉਹਨੇ ਤੁਹਾਡੇ ਘਰਾਂ 'ਚ ਘੁਸ ਕੇ ਮਾਰਿਆ ਤੁਹਾਨੂੰ, ਤੁਹਾਡੇ ਉਸੇ ਕਾਰਡ ਕੈਂਸਲ ਕਰਤੇ, ਤੁਹਾਡੇ ਇੰਡੀਆ ਦੇ ਵੀਜ਼ੇ ਕੈਂਸਲ ਕਰਤੇ, ਤੁਹਾਡੀਆਂ ਪ੍ਰੋਪਰਟੀਆਂ ਨੱਪ ਲਈਆਂ। ਹੁਣ ਵਿਚਾਰੇ ਇੰਨੇ ਚਾਰ ਪੰਜ ਸ਼ਲਾਰੂ ਹੈ, ਐਂ ਦਾੜਾ ਖਿਲਾਰਿਆ ਹੋਇਆ ਇਹਨਾਂ ਨੇ, ਪਤੰਦਰੋ ਤੁਹਾਨੂੰ ਨਾ, ਤੁਸੀਂ ਜਿੰਨਾ ਗੰਦ ਪਾ ਰਹੇ ਹੋ ਤੁਹਾਡੇ ਕਰਕੇ ਸਾਰੇ ਸਿੱਖ ਅਸੀਂ ਬਦਨਾਮ ਹੋ ਗਏ ਹਾਂ, ਸਾਨੂੰ ਲੋਕ ਨਫ਼ਰਤ ਦੀ ਨਿਗਾਹਾਂ ਨਾਲ ਦੇਖਣ ਲੱਗ ਗਏ। ਮੈਂ ਕਸਮ ਖਾ ਕੇ ਕਹਿੰਦੀ ਵੀ ਗੋਰੇ ਵੀ ਤੁਹਾਡੇ ਦੁਆਲੇ ਹੋ ਗਏ, ਪਰ ਤੁਹਾਨੂੰ ਪਤਾ ਗੋਰੇ ਹੁੰਦੇ ਕਈ ਸਿਰ ਫਿਰੇ, ਉਹਨੂੰ ਡਰਦੇ ਡਰਦੇ ਪੁੱਛਦੇ ਕਿਸੇ ਇੱਕ ਗੋਰੇ ਨੂੰ ਜੇ ਇੰਨਾ ਵੀ ਪਤਾ ਲੱਗ ਗਿਆ ਨਾ ਵੀ ਜਿਹੜੇ ਤੁਸੀਂ ਦਾੜੀਆਂ ਖੁੱਲੀਆਂ ਛੱਡ ਕੇ ਅਤੇ ਇੱਥੇ ਗੰਦ ਪਾ ਰਹੇ ਹੋ, ਸੜਕਾਂ 'ਤੇ ਖੜ੍ਹ ਕੇ ਵੈਂਡਲਿਜ਼ਮ ਕਰ ਰਹੇ ਹੋ, ਧਮਕੀਆਂ ਦੇ ਰਹੇ ਹੋ ਲੋਕਾਂ ਨੂੰ, ਕਿਰਪਾਨਾਂ ਕੱਢ ਲੈਂਦੇ ਹੋ, ਇੰਡੀਆ ਦੇ ਝੰਡੇ ਪਾੜ ਰਹੇ ਹੋ, ਇੰਡੀਆ ਦੇ ਪੀਐਮ ਦੀ ਬੇਇੱਜ਼ਤੀ ਕਰ ਰਹੇ ਹੋ, ਉਹਨੇ ਇੰਨੇ ਕੁ ਮਾਚਿਸ ਦੀ ਨਾ ਡੱਬੀ ਆਪਣੀ ਜੇਬ 'ਚ ਰੱਖਣੀ ਹੈ ਗੋਰੀ ਨੇ। ਗੋਰੇ ਨੇ ਤੁਹਾਡੇ ਨੇੜੇ ਆ ਕੇ ਸਿਰਫ ਇਹ ਪੁੱਛਣਾ ਐਕਸਕਿਊਜ਼ ਮੀ, ਤੁਸੀਂ ਕਹਿਣਾ ਯੈਸ ਵਾਟ, ਉਹਨੇ ਤਿੱਲੀ ਨਾ ਤੁਹਾਡੇ ਦਾੜੀ ਨੂੰ ਲਾ ਦੇਣੀ, 2 ਸੈਕਿੰਡ ਨਹੀਂ ਲੱਗਣੇ, ਅੱਗ ਪੈਣੀ ਹੈ, ਸਾਰਾ ਝਾਟਾ ਮੂਨ ਹੋ ਜਾਣਾ। ਫਿਰ ਉਹ ਗੋਰੇ ਨੇ ਹੱਸ ਕੇ ਉੱਥੋਂ ਭੱਜਣਾ ਹੈ, ਅਤੇ ਉਹਨੇ ਕਹਿਣਾ ਲੈ ਲਿਆ ਬਦਲਾ ਜਿਵੇਂ ਤੁਸੀਂ ਗੰਦ ਪਾਇਆ। ਬਹੁਤ ਸਿੱਖ ਲੋਕ ਨੇ ਜਿਹੜੇ ਤੁਹਾਨੂੰ ਸਪੋਰਟ ਨਹੀਂ ਕਰ ਰਹੇ ਆ, ਸਾਡੇ ਵਰਗੇ ਸਿੱਖ ਜੱਟ ਸਿੱਖ ਜੋ ਤੁਹਾਨੂੰ ਬਿਲਕੁਲ ਸਪੋਰਟ ਨਹੀਂ ਕਰ ਰਹੇ, ਨਾ ਹੀ ਅਸੀਂ ਕਰਾਂਗੇ। ਹੱਕ ਅਤੇ ਸੱਚ ਦੀ ਲੜਾਈ ਵਾਸਤੇ ਨਾ ਬੰਦੇ ਨੂੰ ਬੜੀ ਤਮੀਜ਼ ਨਾਲ ਚੱਲਣਾ ਪੈਂਦਾ, ਤੁਸੀਂ ਬਦਤਮੀਜ਼ੀਆਂ 'ਤੇ ਉਤਰੇ ਹੋ। ਪੀਐਮ ਦੇ ਨੂੰ ਮੋਦੀ ਦੇ ਪੁੱਤਰੇ ਨੂੰ ਬਣਾ ਕੇ ਉਹਨੂੰ ਛਿੱਤਰ ਮਾਰਨਾ, ਲੰਬਾ ਪਾ ਲੈਣਾ, ਸਵਾਦ ਆਵੇ ਅਸਲੀ ਮੋਦੀ ਕੋਲ ਜਾਓ, ਉਹਨੂੰ ਫੜੋ, ਲੰਬਾ ਪਾਓ, ਛਿੱਤਰ ਮਾਰੋ। ਪੁਤਲਾ ਤਾਂ 5 ਸਾਲ ਦਾ ਬੱਚਾ ਬਣਾ ਕੇ ਵੀ ਕਿਸੇ ਦੇ ਪੁਤਲੇ ਨੂੰ ਐਂ ਕਰ ਸਕਦਾ, ਹੁਣ ਤੁਹਾਡੇ ਭਿੰਡਰਾਣਾ ਦੇ ਲੋਕ ਪੁਤਲੇ ਬਣਾ ਬਣਾ ਕੇ ਇੱਧਰ ਕਰਨਗੇ, ਫਿਰ ਤੁਹਾਡਾ ਕੀ ਬਣੂਗਾ, ਸੋਚੋ ਜ਼ਰਾ। ਸੋ ਸਿਆਣੇ ਬੈਣੇ ਹੋ, ਧੌਲੇ ਦਾੜੇ ਆ ਤੁਹਾਡੇ ਮੂੰਹ ਦੇ ਉੱਤੇ, ਮੂੰਹ ਤੋਂ ਲੈ ਕੇ ਪੂਰੇ ਬਦਨ 'ਤੇ, ਤੁਹਾਡੇ ਉੱਪਰੋਂ ਤੋਂ ਥੱਲੇ ਲੈ ਕੇ ਤੁਹਾਡੇ ਚਿੱਟੇ ਵਾਲ ਆ ਕੰਬਖਤੋਂ, ਸ਼ਰਮ ਕਰੋ, ਅਕਲ ਨੂੰ ਹੱਥ ਮਾਰੋ। ਤੁਸੀਂ ਬੱਚਿਆਂ ਨੂੰ ਅੱਛੇ ਸੰਸਕਾਰ ਦੇਣ ਦੇ ਬਜਾਏ ਆਪ ਉੱਚੀਆਂ ਹਰਕਤਾਂ, ਕੰਜਰਾਂ ਵਾਲੇ ਕੰਮ, ਜਿਹੜੀ ਕੋਠੇ ਵਾਲੀ ਕੰਜਰੀ ਹੁੰਦੀ ਉਹ ਵੀ ਤੁਹਾਡੇ ਨਾਲ ਜ਼ਿਆਦਾ ਸਿਆਣੀ ਹੋਣੀ, ਉਸ ਤੋਂ ਵੀ ਗਏ ਗੁਜ਼ਰੇ ਹੋ, ਜਿਹੜੇ ਤੁਸੀਂ ਕੰਜਰਪੁਣਾ ਕਰਕੇ ਸਾਡੇ ਹਿੰਦੁਸਤਾਨ ਦੀ, ਸਾਡੇ ਭਾਰਤ ਦੀ ਤੋਹੀਨ ਕਰ ਰਹੇ ਹੋ। ਖਾਲਿਸਤਾਨ ਨਸੀ ਨਾ ਕਦੀ ਹੈ ਅਤੇ ਨਾ ਕਦੀ ਹੋਣਾ, ਐਵਰੀਵਨਸ ਨੋ ਦੈਟ, ਯੂ ਗਾਇਸ ਜਸਟ ਮੇਕਿੰਗ ਅ ਮਨੀ, ਤੁਹਾਨੂੰ ਫੰਡ ਚਾਹੀਦੇ ਆ, ਹੋਰ ਤੁਹਾਨੂੰ ਕੁਛ ਨਹੀਂ ਚਾਹੀਦਾ, ਬਾਕੀ ਤੁਹਾਨੂੰ ਛਿੱਤਰਾਂ ਦੀ ਘਾਟ ਹੈ। ਫਿਕਰ ਨਾ ਕਰੋ, ਉਹ ਦਿਨ ਦੂਰ ਨਹੀਂ ਕੈਨੇਡਾ ਵਿੱਚ ਜਦੋਂ ਹੁਣ
ਗੋਰੇ ਵਾਈਟ ਕਨੇਡੀਅਨ ਉੱਠ ਕੇ ਤੁਹਾਡੇ ਛਿੱਤਰ ਪਰੇਡ ਕਰਿਆ ਕਰਨਗੇ ਕਸੂਨਾ ਨਾਲ, ਤੁਹਾਡੇ ਬੂਥੇ ਨਹੀਂ ਲਿਆ ਕਰਨ ਕਰਨਗੇ, ਤੁਸੀਂ ਸੜਕ 'ਤੇ ਨਜ਼ਰ ਨਹੀਂ ਆਓਗੇ। ਅੱਜ ਦੀ ਵੀਡੀਓ ਨਾ ਸੇਵ ਕਰ ਲਿਓ ਮੇਰੀ, ਤੁਹਾਡੇ ਨਾਲ ਇਹੀ ਕੁਛ ਹੋਣਾ, ਬੜੀ ਜਲਦੀ ਹੋਣਾ। ਜੈ ਹਿੰਦ ਜੈ ਭਾਰਤ। ਹੋਰ ਮੱਚੋ, ਸੜੀ ਜਾਓ, ਪੁੱਜੀ ਜਾਓ, ਅਸੀਂ ਤਾਂ ਇੱਦਾਂ ਹੀ ਹੱਸਣਾ।